ਆਪਾਂ ਪਹੁੰਚ ਗਏ ਸਿੰਘੂ ਬਾਰਡਰ ਦੇ ਉੱਤੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਅਤੇ ਅੱਜ ਰਾਤ ਨੂੰ ਆਪਾਂ ਸਾਰੇ ਇੱਥੇ ਹੀ ਰੁਕਾਂਗੇ। ਮੇਰੇ ਨਾਲ ਮੇਰੇ ਦੋਸਤ ਗੋਪਾਲ ਜੀ ਆ, ਦਵਿੰਦਰ ਜੀ ਆ। ਗੋਪਾਲ ਜੀ ਇੱਕ ਵਾਰੀ ਆਪਣਾ ਸੋਹਣਾ ਜਿਹਾ ਮੁਕੜਾ, ਦਵਿੰਦਰ ਜੀ ਤੁਸੀਂ ਵੀ ਡਰਾਈਵ ਕਰ ਰਹੇ ਆ। ਅਤੇ ਸੋ ਤੁਸੀਂ ਵੇਖ ਸਕਦੇ ਹੋ ਰੌਣਕਾਂ ਸਿੰਘੂ ਬਾਰਡਰ ਦੀਆਂ। ਆ ਪਿੱਛੇ ਆਪਣੇ ਵੀਰ ਟਰਾਲੀਆਂ ਲੈ ਕੇ ਆ ਰਹੇ ਨੇ। ਜ਼ਮੀਰਾਂ ਵਾਲੇ ਹੋਣੇ ਜ਼ਰੂਰੀ ਚਾਹੀਦਾ। ਬੰਦਾ ਸ਼ਕਰਕੰਦੀ ਵੇਚਦਾ ਪਿਆ। ਕਈ ਮੇਰੇ ਭਰਾਵਾਂ ਨੇ ਵਾਪਸੀ ਦੀ ਤਿਆਰੀ ਵੀ ਖਿੱਚ ਲਈ ਆ। ਦੇਖੋ ਗੰਨੇ ਦੇ ਰਸ ਦਾ ਲੰਗਰ ਚੱਲਦਾ ਪਿਆ ਦਿੱਲੀ ਦੇ ਵਿੱਚ। ਅਤੇ ਹੁਣ ਤੁਹਾਨੂੰ ਇੱਥੋਂ ਦੂਰ ਪੈਂਦਾ ਓਲਾ ਹੋ ਗਿਆ ਕਾਰ ਦਾ। ਲੰਗਰ ਦਹੀਂ ਪਰੌਂਠਾ ਅਤੇ ਲੱਸੀ। ਵਧਾਈਆਂ ਮਹਾਰਾਜ, ਵਧਾਈਆਂ। ਆ ਦੇਖੋ ਜੀ, ਜਿਹੜਾ ਰਾਸ਼ਨ ਬਚ ਗਿਆ ਕਿਸਾਨਾਂ ਕੰਨੀਓ ਫ੍ਰੀ ਵੰਡਿਆ ਜਾ ਰਿਹਾ ਗਰੀਬਾਂ ਨੂੰ। ਗਰੀਬਾਂ ਨੂੰ ਬਿਲਕੁਲ ਫ੍ਰੀ ਵੰਡਿਆ ਜਾ ਰਿਹਾ ਰਾਸ਼ਨ ਜਿਹੜਾ ਬਚ ਗਿਆ ਸਿੰਘੂ ਮੋਰਚੇ। ਚਲੋ ਜੀ, ਕਿਆ ਬਾਤ ਆ। ਆ ਬਾਬਾ ਜੀ ਮੂਬਲੀ ਦਿੰਦੇ ਹੋਏ। ਆ ਮੇਰਾ ਭਰਾ ਮੂਬਲੀ ਲੈ ਕੇ ਆ ਰਿਹਾ ਵਾ। ਰੋਕੜੇ ਵੀਰੇ ਇਹਨੇ ਇੱਦਾਂ ਹੀ ਪਾ ਰਿਹਾ। ਵਧਾਈਆਂ ਨਾਲੇ ਤੁਹਾਨੂੰ ਵਾਲੀਆਂ ਵਾਲੀਆਂ ਜਗਾਰਾ ਲਾ ਰਹੇ ਕਿਸ ਨਾਮ ਤੇ। ਕਿਸਾਨ ਜਿੰਦਾਬਾਦ, ਜਿੰਦਾਬਾਦ। ਅੰਦਰ ਸਾਡੇ ਮੂੰਗਫਲੀ ਸੁੱਟ ਗਏ ਵੀਰ ਮੇਰੇ, ਨਜ਼ਾਰਾ ਬਣਤਾ। ਸੋ ਚਲੋ।